ਦਿਲਜੀਤ ਦੋਸਾਂਝ ਦਾ ਨਾਮ ਬਦਲ ਕੇ ਨਾ ਆਪਾਂ ਸੋਲਡ ਆਊਟ ਜਾਂ ਫਿਰ ਬੰਬ ਧਮਾਕਾ ਐਸਾ ਕੁਛ ਕਰ ਦਿੰਦੇ ਹਾਂ, ਕਿਉਂਕਿ ਅੱਜ ਕੱਲ੍ਹ ਦਿਲਜੀਤ ਦੋਸਾਂਝ ਆਹੀ ਤਾਂ ਕਰ ਰਹੇ ਨੇ। ਕੈਨੇਡਾ ਦੇ ਵਿੱਚ ਉਹਨਾਂ ਨੇ ਦਿਲ ਇਲੂਮੀਨਾਤੀ ਟੂਰ ਦੀ ਸ਼ੁਰੂਆਤ ਕੀਤੀ। ਸ਼ੁਰੂਆਤ ਹੋਈ ਸੀ BC ਤੋਂ, ਯਾਨੀ ਕਿ ਬ੍ਰਿਟਿਸ਼ ਕੋਲੰਬੀਆ ਤੋਂ, ਜਿੱਥੇ ਵੈਨਕੂਵਰ ਦੇ ਵਿੱਚ ਪਰਫੋਰਮ ਕਰਕੇ ਕਮਾਲ ਕਰ ਦਿੱਤਾ BC ਪਲੇਸ ਦੇ ਵਿੱਚ। ਉਸ ਤੋਂ ਬਾਅਦ ਉਹ ਵਿਨੀਪੈਗ ਗਏ, ਫਿਰ ਐਡਮਿੰਟਨ, ਅਤੇ ਹੁਣ ਕੈਲਗਰੀ ਵੀ ਉਹਨਾਂ ਨੇ ਫੁੱਲੀ ਸੋਲਡ ਆਊਟ ਕਰ ਦਿੱਤਾ ਹੈ। ਇੱਕ ਬਾਹਰਲੇ ਮੁਲਕ ਦੇ ਵਿੱਚ ਇੱਕ ਪੰਜਾਬੀ ਕਲਾਕਾਰ ਦਾ ਇਸ ਤਰ੍ਹਾਂ ਦੇ ਨਾਲ ਅਰੀਨਾਜ਼ ਨੂੰ ਸੋਲਡ ਆਊਟ ਕਰਨਾ ਕੋਈ ਆਮ ਗੱਲ ਨਹੀਂ ਹੈ। ਤੁਸੀਂ ਸੋਚੋ ਕਿ ਕਹਿੰਦੇ ਨੇ ਕਿ ਆਪਣੀ ਕਮਿਊਨਿਟੀ ਤੋਂ ਬਾਹਰ ਨਿਕਲ ਕੇ ਉੱਥੇ 100 ਲੋਕ ਇਕੱਠੇ ਕਰਨੇ ਮੁਸ਼ਕਲ ਹੋ ਜਾਂਦੇ ਨੇ, ਲੇਕਿਨ ਬੈਕ ਟੂ ਬੈਕ ਅਰੀਨਾਜ਼ ਭਰਨਾ ਕੋਈ ਸੌਖੀ ਗੱਲ ਨਹੀਂ ਹੈ। ਅਤੇ ਇੱਕ ਵਾਰ ਫਿਰ ਤੋਂ ਦਿਲਜੀਤ ਦੋਸਾਂਝ ਨੇ ਸਾਬਿਤ ਕਰ ਦਿੱਤਾ ਹੈ ਕਿ ਕੋਈ ਜਦ ਚਾਹੁੰਦਾ ਹੈ ਨਾ ਤਾਂ ਕੁਝ ਵੀ ਕਰ ਸਕਦਾ ਹੈ। ਅਤੇ ਸ਼ਾਹਰੁਖ ਖਾਨ ਵੀ ਕਹਿੰਦੇ ਨੇ ਕਿ ਜਿਸ ਚੀਜ਼ ਕੋ ਆਪ ਸ਼ਿੱਦਤ ਸੇ ਚਾਹੋ ਨਾ ਪੂਰੀ ਕਾਇਨਾਤ ਉਸਕੋ ਮਿਲਾਨੇ ਮੇਂ ਲੱਗ ਜਾਤੀ ਹੈ। ਤਾਂ ਉਹੀ ਕੁਛ ਮੈਂ ਕਹਿ ਸਕਦਾ ਕਿ ਦਿਲਜੀਤ ਦੋਸਾਂਝ ਦੇ ਨਾਲ ਹੋਇਆ ਹੈ। ਦਿਲਜੀਤ ਨੇ ਆਪਣੇ ਇੱਕ ਸ਼ੋਅ ਦੇ ਵਿੱਚ ਕਿਹਾ ਸੀ ਕਿ ਮੈਨੂੰ ਜੋ ਕਿਹਾ ਮੈਂ ਉਹ ਜੋ ਜਿਸ ਚੀਜ਼ ਤੋਂ ਵੀ ਨਾ ਕੀਤੀ ਹੈ ਮੈਂ ਉਹ ਵੀ ਕਰਕੇ ਦਿਖਾਉਂ। ਅਤੇ ਦਿਲਜੀਤ ਉਹ ਸਾਰੀ ਚੀਜ਼ਾਂ ਕਰਕੇ ਦਿਖਾ ਰਹੇ ਨੇ। ਲਗਾਤਾਰ ਸ਼ੋਅ ਸੋਲਡ ਆਊਟ ਹੋ ਰਹੇ ਨੇ ਅਤੇ ਹੁਣ ਦਿਲਜੀਤ ਕੈਨੇਡਾ ਤੋਂ ਬਾਅਦ ਜਾ ਕੇ US ਦੇ ਵਿੱਚ ਵੀ ਪਰਫੋਰਮ ਕਰਨ ਵਾਲੇ ਨੇ। ਉੱਥੇ ਵੀ ਫੁੱਲ ਔਨ ਧਮਾਲ ਹੋਣ ਵਾਲਾ, ਆਈ ਐਮ ਵੈਰੀ ਸ਼ੋਰ। ਲੇਕਿਨ ਅਗਰ ਅਸੀਂ ਕੈਲਗਰੀ ਵਾਲੇ ਸ਼ੋਅ ਦੀ ਗੱਲ ਕਰੀਏ ਤਾਂ ਉਸਦੇ ਵੀ ਕੁਛ ਜੋ ਮੂਮੈਂਟਸ ਨੇ ਉਹ ਬੇਹੱਦ ਖਾਸ ਰਹੇ ਨੇ। ਇੱਕ ਛੋਟੇ ਜਿਹੇ ਬੱਚੇ ਦਾ ਸਟੇਜ ਦੇ ਉੱਤੇ ਆਉਣਾ, ਪਗੜੀ ਸਜਾ ਕੇ ਉਹ ਬੰਦਾ ਬੱਚਾ ਆਇਆ ਹੋਇਆ ਸੀਗਾ, ਅਤੇ ਉਸ ਨੂੰ ਵੇਖ ਕੇ ਦਿਲਜੀਤ ਦੇ ਚਿਹਰੇ ਦੇ ਉੱਤੇ ਖੁਸ਼ੀ ਜੋ ਹੈ ਉਹ ਹਮੇਸ਼ਾ ਹੀ, ਮੈਂ ਕਹਿ ਸਕਦਾ ਕਿ ਜਿਸ ਤਰ੍ਹਾਂ ਦੇ ਨਾਲ ਦਿਲਜੀਤ ਬੱਚਿਆਂ ਦੇ ਨਾਲ ਮਿਲਦੇ ਨੇ ਨਾ, ਕਹਿੰਦੇ ਨੇ ਬੱਚਿਆਂ ਨੂੰ ਹਮੇਸ਼ਾ ਕਿਹਾ ਜਾਂਦਾ ਕਿ ਉਹ ਸਾਫ਼ ਰੂਹਾਂ ਹੁੰਦੀਆਂ ਨੇ, ਅਤੇ ਉਹਨਾਂ ਨੂੰ ਜਦ ਵੀ ਦਿਲਜੀਤ ਮਿਲਦੇ ਨੇ ਉਹਨਾਂ ਚਿਹਰੇ ਦੇ ਉੱਤੇ ਅਲੱਗ ਜਿਹੀ ਖੁਸ਼ੀ ਹੁੰਦੀ ਹੈ। ਦਸਤਾਰ ਸਜਾਈ ਜਦ ਬੱਚੇ ਸਟੇਜ ਦੇ ਉੱਤੇ ਆਉਂਦੇ ਨੇ ਨਾ, ਉਹਨਾਂ ਨੂੰ ਵੇਖ ਕੇ ਹਰ ਕੋਈ ਇਹੀ ਕਹਿੰਦਾ ਹੈ ਕਿ ਵਾਹ ਦੋਸਾਂਝਾਂ ਵਾਲਿਆ, ਤੂੰ ਸਾਰਿਆਂ ਦੀ ਇੱਜ਼ਤ ਵਧਾ ਰਿਹਾ ਹੈ, ਅਤੇ ਨਾਲ ਦੀ ਨਾਲ ਉਹਨਾਂ ਬੱਚਿਆਂ ਦਾ ਹੌਸਲਾ ਵੀ ਜੋ ਦਿਲਜੀਤ ਨੂੰ ਆ ਕੇ ਮਿਲਦੇ ਨੇ। ਕੈਲਗਰੀ ਸ਼ੋਅ ਦੇ ਵਿੱਚ ਵੀ ਇੰਨਾ ਧਮਾਲ ਹੋਇਆ ਕਿ ਭਰ ਭਰ ਕੇ ਲੋਕ ਆਏ ਹੋਏ ਸੀ। ਦਿਲਜੀਤ ਦੀ ਐਕਸਾਈਟਮੈਂਟ ਵੀ ਵੇਖਣ ਵਾਲੀ ਸੀ। ਵੈਸੇ ਵੀ ਹਰ ਕੋਈ ਕਹਿੰਦਾ ਕਿ ਦਿਲਜੀਤ ਜਿਸ ਤਰ੍ਹਾਂ ਦੇ ਨਾਲ ਪਰਫੋਰਮ ਕਰਦੇ ਨੇ, ਉਹਨਾਂ ਦਾ ਜੋ ਔਰਾ ਹੁੰਦਾ ਹੈ ਉਹ ਕਮਾਲ ਦਾ ਹੁੰਦਾ ਹੈ। ਅਤੇ ਦਿਲਜੀਤ ਦਾ ਰੀਸੈਂਟਲੀ ਇੱਕ ਇੰਟਰਵਿਊ ਦੇ ਵਿੱਚ ਕਹਿਣਾ ਸੀਗਾ ਕਿ ਜਦ ਵੀ ਉਹ ਪਰਫੋਰਮ ਕਰਦੇ ਨੇ ਤਾਂ ਉਹਨਾਂ ਨੂੰ ਆਡੀਅੰਸ ਦੇ ਵਿੱਚ ਸਿਰਫ ਔਰ ਸਿਰਫ ਰੱਬ ਹੀ ਦਿਖਦਾ ਹੈ।